चले हीरा जी सुनाएं स्टोरी, अंसारी को भी मना लेते हैं नकाब करने पर। प्रीत साहब असली ची अंसारी अपने बच्चे दिया खुशियां दा विका तले इनू इस गल दा पता ही नहीं के बच्चा इहदा जिहड़ा इस फिल्म दा हीरो है और ए हीरोइन बैठी जे गुड़िया इन्हां दे मुस्तकबिल दा सवाल है। मेरे वालिद ने कहता है तेरी शादी मैं किसी करोड़पति घर च करनी है। मुंडा कह रहा है मेरे को टका नहीं हैगा क्योंकि मुंडे दियां जेबां जिहड़ियां ने जी साइड वालियां कुर्ते दियां असीं बाहर कढ के लटकाईआं ने। अच्छा उहदा असीं क्लोथ लैणा है आगे पता लगे कि जेब च टका नहीं हैगा। ਉਹ ਹੁਣ ਬਹਿ ਕੇ ਸੋਚ ਰਹੇ ਨੇ। ਮੁੰਡਾ ਕਹਿੰਦਾ ਫਿਰ ਕੀ ਕਰਾਂ, ਕਿਵੇਂ ਅਮੀਰ ਹੋਵਾਂ, ਬੈਂਕ ਲੁੱਟ ਲਵਾਂ। ਇਹੋ ਹੀ ਕਲਿੱਕ ਕੀਤਾ ਇਹ ਹੀਰੋਇਨ ਨੂੰ। ਕਹਿੰਦੀ ਹੈ ਬਿਲਕੁਲ ਠੀਕ ਹੈ, ਬੈਂਕ ਲੁੱਟ ਲੈਣਾ। ਇੱਥੇ ਤੇ ਬੈਂਕ ਡਕੈਤੀ ਦੀ ਸਕੀਮ ਬਣੀ ਹੈ ਤੇ ਉਹ ਕਹਿ ਰਹੇ ਮੈਂ ਨਕਾਬ ਨਹੀਂ ਕਰਨਾ। ਨਾ ਕਰੋ ਜੀ ਭਾਈ ਜੀ, ਨਾ ਕਰੋ। ਚਲੋ ਜੇ ਇਹ ਗੱਲ ਹੈ ਤੇ ਮੈਂ ਕਰ ਲੈਣਾ ਨਕਾਬ। ਹੁਣ ਤੈਨੂੰ ਦਮਾ ਨਹੀਂ ਹੈਗਾ, ਮੈਨੂੰ ਨਖਰੇ ਕਰ ਕਰਕੇ ਬਹਾਨੇ। ਇੱਕ ਤੈਨੂੰ ਕੰਮ ਦੇਣ ਨਏ ਆ। ਮੈਂ ਤੇ ਪ੍ਰੋਡਿਊਸਰ ਨੂੰ ਕਦੀ ਸੈੱਟ ਤੇ ਨਹੀਂ ਆਉਣ ਦਿੰਦਾ। ਵਾਹ ਵਾਹ, ਅਸੀਂ ਤੈਨੂੰ ਨਾਲ ਸੀਨ ਕਰਾਉਣ ਦੇ ਆ, ਤੂੰ ਅੱਗੋਂ ਨਖਰੇ ਕਰਨ ਨਹੀਂ। ਉੱਥੇ ਬਾਰ ਬਾਰ ਮੈਨੂੰ ਆਪਣੀਆਂ ਬਿਮਾਰੀਆਂ ਸੁਣਾਉਣ ਦੇ ਆ, ਮੈਂ ਡਾਇਰੈਕਟਰਾਂ ਕੋਲ ਡਾਕਟਰ ਤੇ ਨਹੀਂ ਨਾ। ਲਓ ਜੀ ਵੈਗਨ ਚੋਂ ਉਤਰ ਕੇ ਸਾਰੀ ਕਾਸਟ ਬੈਂਕ 'ਚ ਵੜੀ ਏ। ਇਹ ਅਸੀਂ ਕਲੋਜ਼ 'ਚ ਵਹਾਇਆ ਕਿ ਬੈਂਕ 'ਚ ਵੜ ਗਏ। ਇਹ ਅੱਗੇ ਮੈਨੇਜਰ ਬੈਠਾ ਹੈ। ਮੈਨੂੰ ਲੱਗਦਾ ਕਿ ਮੈਨੇਜਰ ਦਾ ਰੋਲ ਤੁਸੀਂ ਕਰ ਸਕਦੇ ਹੋ। ਜਦੋਂ ਮੈਨੇਜਰ ਨੂੰ ਚੀਤੇ ਨੇ ਤੇ ਬਾਕੀ ਸਾਰੇ ਕਿਰਦਾਰ ਜਿਹੜੇ ਨੇ ਉਹ ਕੈਸ਼ੀਅਰ ਦੇ ਦਰਾਦਾਂ ਚੋਂ ਨੋਟ ਕੱਢ ਰਹੇ ਨੇ। ਹੀਰੋ ਹੀਰੋਇਨ ਨੇ ਜਦੋਂ ਇਹਨੇ ਨੋਟ ਦੇਖੇ ਨੇ ਤੇ ਖੁਸ਼ੀ 'ਚ ਇਹਨਾਂ ਦਾ ਗਾਣਾ ਸ਼ੁਰੂ ਹੋਇਆ। ਜੇ ਤੂੰ ਚਾਹੁੰਦਾ ਰਵਾਂ ਮੈਂ ਤੇਰੇ ਨਾਲ ਵੇ ਅੱਗ ਨੋਟਾਂ ਨੂੰ ਲਾ ਦੇ। ਪਹਿਲਾ ਬੋਲ ਚੱਲਿਆ ਅੱਗ ਨੋਟਾਂ ਨੂੰ ਲਾ ਦੇ ਤੇ ਚੀਤੇ ਨੇ ਜੇਬ ਚੋਂ ਮਾਚਿਸ ਕੱਢ ਲਈ ਅੱਗ ਲਾਉਣ ਵਾਸਤੇ। ਅੰਸਾਰੀ ਦਾ ਧਿਆਨ ਪਿਆ, ਇਹਨੇ ਜੰਪ ਮਾਰ ਕੇ ਤੇ ਮਾਚਿਸ ਖੋਈ। ਹੀਰਾ ਜੀ ਅੰਸਾਰੀ ਕੋਲੋਂ ਜੰਪ ਨਹੀਂ ਜੇ ਵੱਜਣਾ, ਕਿਸੇ ਹੋਰ ਕੋਲੋਂ ਜੰਪ ਮਰਵਾ ਉਹਨੇ ਤੇ ਮੈਂ ਨੋਟਾਂ ਨੂੰ ਅੱਗ ਲਾ ਦੇਣੀ ਜੇ। ਬੇਟੇ ਜੰਪ ਤੇ ਮੈਂ ਐਵੇਂ ਸਟੋਰੀ ਸੁਣਾਉਣ ਵਾਸਤੇ ਵਿੱਚ ਪਾਇਆ ਏ। ਤੇਰੇ ਕੋਲ ਖਲੋਤਾ ਤੂੰ ਮਾਚਿਸ ਕੱਢੀ ਨੇ ਕਰਕੇ ਚਪੱਟਾ ਮਾਰ ਕੇ ਖੋਲੀ। ਪਰ ਤੁਹਾਨੂੰ ਪਤਾ ਏ ਕਿ ਚਪੱਟਾ ਮਾਰਨ ਦਾ ਮਾਸਟਰ ਏ ਅੰਸਾਰੀ। ਹੀਰਾ ਜੀ ਜੇ ਇੰਜ ਹੀ ਕਰਨਾ ਤੇ ਅੰਸਾਰੀ ਰਹਿਣ ਦੇ, ਕੋਈ ਬਾਂਦਰ ਪਾ ਲਓ। ਕੀ ਮਤਲਬ? ਮੇਰਾ ਮਤਲਬ ਹੈ ਬਾਂਦਰ ਇੰਜ ਬਹੁਤ ਅੱਛਾ ਕਰਦਾ ਜੀ। ਇਹਦਾ ਗੱਲ ਤੂੰ ਸਮਝ ਹੀ ਨਹੀਂ ਰਿਹਾ। ਉਹ ਵਾਪਸੀ ਤੇ ਅੰਸਾਰੀ ਨਹੀਂ ਵੈਗਨ ਚਲਾਣੀ ਹੈ, ਬਾਂਦਰ ਤੇਰੀ ਨੇ ਚਲਾਏਗਾ। ਡਾਇਰੈਕਟਰ ਸਾਹਿਬ ਮੈਨੇ ਮੇਜ਼ ਕੁਰਸੀ ਵੀ ਬੈਠੇ ਰਹਿਣਾ। ਬੇਟੇ ਬੈਂਕ 'ਚ ਜਿਹੜੀ ਲੜਕੀ ਕੰਮ ਕਰਦੀ ਹੈ ਉਹ ਮੇਜ਼ ਕੁਰਸੀ ਤੇ ਬਹਿੰਦੀ ਹੈ, ਕੋਈ ਪੱਖੇ ਨਾਲ ਤੇ ਨਹੀਂ ਨਾ ਲਟਕੀ ਹੁੰਦੀ। ਹੁਣੇ ਦੇਖੋ ਤੁਸੀਂ ਸਹੀ, ਤੁਹਾਡਾ ਸਭ ਤੋਂ ਅਹਿਮ ਸ਼ਾਟ ਏ। ਜੀ ਹਾਂ, ਸਾਰੇ ਜਿਹੜੇ ਬੈਂਕ ਦੇ ਮੁਲਾਜ਼ਮ ਨੇ ਉਹ ਡਰ ਕੇ ਤੇ ਨੀਮ ਬੇਹੋਸ਼ ਹੋ ਗਏ ਨੇ, ਸਿਰਫ ਕੱਲੇ ਤੁਸੀਂ ਹੋਸ਼ 'ਚ ਹੋ। ਤੁਸੀਂ ਐਡੇ ਦਲੇਰ ਹੋ ਕਿ ਤੁਸੀਂ ਹੋਸ਼ 'ਚ ਹੋ ਔਰ ਤੁਸੀਂ ਖੁਦ ਦਰਾਜ 'ਚੋਂ ਸਾਰੇ ਪੈਸੇ ਕੱਢ ਕੇ ਤੇ ਡਾਕੂ ਨੂੰ ਕਿਹਾ ਭਾਂ ਡਾਕੂ ਇਹ ਵੀ ਲੈ ਜਾਓ। ਹੀਰਾ ਜੀ ਮੈਂ ਬਹਿ ਜਾ, ਮੇਰਾ ਗਿੱਟਾ ਨਿਕਲਿਆ। ਬੈਠ ਜਾਓ ਬੇਟੇ, ਮੈਨੂੰ ਤਾਂ ਸਟੋਰੀ ਸੁਣਾਉਣ ਵਾਸਤੇ ਉੱਠਣਾ ਪੈਂਦਾ ਹੈ। ਬੈਠੋ ਬੈਠੋ ਬੈਠੋ। ਵਾਹ ਵਾਹ ਹੀਰਾ ਜੀ, ਪਾਕਿਸਤਾਨ ਮੇਂ ਇਤਨੇ ਜ਼ਿਆਦਾ ਡਾਇਰੈਕਟਰ ਹੈ ਲੇਕਿਨ ਇਹ ਮਗਜ਼ ਕਿਸੀ ਹੋਰ ਕੇ ਪਾਸ ਹੋ ਹੀ ਨਹੀਂ ਸਕਤਾ। ਮੈਂ ਸਦਕੇ ਜਾਵਾਂ ਪੁੱਤਰ, ਤੂੰ ਅੱਖਾਂ ਲਾਏ ਨਜ਼ਰ ਆਲਾਏ। ਇਹ ਮੈਂ ਕਹਿੰਦਾ ਚਲੇ ਜਾਓ ਲਕਸ਼ਮੀ ਚੌਂਕ 'ਚ ਜੀ, ਉੱਥੇ ਟਕਾ ਟਕ ਦੀਆਂ ਕਈ ਦੁਕਾਨਾਂ ਨੇ, ਬਰਫਾਂ ਦੇ ਉੱਤੇ ਮਗਜ਼ ਲੱਗੇ ਨੇ। जिन्ना मर्जी लभोगे तानू ए मगज नहीं लभना। नहीं नहीं हीरा जी, हमें आपके अलावा किसी का मगज चाहिए भी नहीं। मैं सदके जावा। अच्छा जी मगज साहब आगे सुनाएं, आगे क्या है? हाँ। जी जी ये देखो ना, वो फिल्म का क्लाइमेक्स शुरू हो गया। बैंक दे नाल गाना हो रहा है, नाल नोट निकल रहे ने दराजा दे विचों, ते खुशी च दो तीन किरदारा ने नोट पखिया च मारने शुरू कर। एक मिनट हीरा जी, जिन्हें नोट पखे च वजे ने ना ए सारे मैं कठे करने ने। बिल्कुल ठीक है बेटे, मेरे जेन च सी कि तू नोट बहुत तेज कठे करने, तू ही कठे करने।
लो जी सारे नोट कट्ठे करके ना एक चादर च बनने ने डबल शीट लै गए ने डबल बैड वाली। अच्छा ओदे च इना बन के ते उत्तों मारी ये गंड। लो जी अंसारी रुपया दी पंड सिर ते रख के बैंक चो निकले है। वैगन दे कोल आके ने हल्का जिहा पंड नू उछालिया है ते पंडे दे सिर तो सीधा वैगन दी छत ते चले। क्या बात है। बाकी सारे किरदार वैगन दे विच बह गए ने। जे ते वैगन इथों निकल गई ते फिल्म दा एंड हो जाएगा। जे उतो पुलिस आ गई ते सारी कास दा दी एंड हो जाएगा। और फरीद साहब ए वाहिद फिल्म जे जिदे च गेटअप आर्टिस्ट नहीं चाहिदा क्योंकि सारिया दे ओरिजिनल खून निकलने। ओरिजिनल खून जी जी ऐसे गलो ते तानू क्या सी के मुनफरद फिल्म है। और ये पहली फिल्म होएगी कि जिन्ना जिन्ना ने इस फिल्म च काम कीता है वो ये फिल्म ही नहीं देख सकेंगे। हीरा जी आपको भी गोलियां लग गई हैं। नहीं बेटे मैं ते बैंक दे सामने एक मोबाइल वाली दुकान है ओदे अंदर बैठ के ते माइक ते डायरेक्शन दे रहे हैं। लाइट कैमरा एक्शन। वाह वाह हीरा साहब ते पुलिस ने तानू नहीं फड़िया। नहीं नहीं बेटे मैं ते जदों दूरों देख लांगा पुलिस आ गई है मैं आराम नाल माइक साइड ते रख के दुकान चो निकलांगा। बाहर ही रेड़ी पई होएगी। अच्छा। मैं ओदे उत्ते हाथ टींगे करके बहना ते आवाज लांदे आ पुलिस दे कोलों निकल जाना। 100 रुपए दा सवाल। अल्लाह तेरी खैर करे अल्लाह तेनू डीएसपी करे। 100 रुपया दे दे सखिया फुल वध जाने ने। वाकई हीरा साहब एहो जिहा मगज ते मैं कदी बर्फ ते लगा भी नहीं वेख्या। सारी तू क्यों बोल रही है तेनू ते गोलियां बच गईयां। नाज़रीन यहां लेते एक छोटा सा ब्रेक। एक मिनट। अरे जी शुरू। नाज़रीन आइए देखते हैं दंगा फसाद से भरपूर शो हस्बे न्यूज़। एक मिनट।